ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਮੀਡੀਆ ਦੇ ਭਰਾ ਭੈਣ ਸਾਰੇ ਇੱਥੇ ਪਹੁੰਚੇ ਜੀ ਸੋ ਸਾਰਿਆਂ ਨੂੰ ਸਾਡੇ ਸਾਰੀ ਟੀਮ ਵੱਲੋਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਅਤੇ ਉਸ ਤੋਂ ਪਹਿਲਾਂ ਐਂਡ ਆਪਾਂ ਫਿਲਮ ਦੀ ਗੱਲ ਕਰੀਏ ਜੀ ਜਾਂ ਟ੍ਰੇਲਰ ਦੀ ਸੋ ਸਾਡਾ ਇਹ ਪਹਿਲੀ ਵਾਰ ਹੈ ਜੀ ਸੋ ਜੇ ਕੋਈ ਗਲਤੀ ਜਾਂ ਕੁਛ ਇੱਦਾਂ ਦਾ ਹੁੰਦਾ ਤਾਂ ਸਾਨੂੰ ਮਾਫ਼ ਕਰਨਾ ਅਸੀਂ ਨਰਵਸ ਵੀ ਹਾਂ ਕੈਪ ਉੱਪਰ ਕਰ ਕਰਕੇ ਅਤੇ ਬਾਕੀ ਜਦੋਂ ਫਿਲਮ ਆਪਾਂ ਲਿਖੀ ਸੀਗੀ ਜੀ ਜੋ ਕੋਵਿਡ ਟਾਈਮ ਲਿਖੀ ਸੀ ਐਕਚੁਲੀ ਸੋ ਮੈਨੂੰ ਇੱਦਾਂ ਸੀਗਾ ਕਿ ਮੈਂ ਫਰੀ ਟਾਈਮ ਸੀਗਾ ਉਦੋਂ ਬਿਕੋਜ਼ ਅਦਰਵਾਈਜ਼ ਅਸੀਂ ਵੀਡੀਓਜ਼ ਵਿੱਚ ਬਿਜ਼ੀ ਹੁੰਦੇ ਹਾਂ ਉੱਥੇ ਸਾਡਾ ਵਧੀਆ ਚੱਲਦਾ ਜੀ ਅਤੇ ਬੱਬ ਦੀ ਕਿਰਪਾ ਨਾਲ ਸੋ ਮੈਨੂੰ ਲੱਗਦਾ ਸੀਗਾ ਕਿ ਆਈ ਵਾਂਟ ਟੂ ਮੂਵ ਔਨ ਸੋ ਆਪਾਂ ਫਿਲਮਾਂ ਵੱਲ ਦੇਖੀਏ ਕਿੱਦਾਂ ਜੀ ਸੋ ਇੱਕ ਦੋ ਆਈਡੀਆਜ਼ ਆਏ ਸੀਗੇ ਵਿੱਚ ਦਿਮਾਗ ਦੇ ਸੋ ਜਿਨ੍ਹਾਂ ਵਿੱਚੋਂ ਮੈਨੂੰ ਲੱਗਿਆ ਕਿ ਕੁਛ ਨਾ ਕੁਛ ਆਪਣਾ ਜੋ ਫੈਮਿਲੀਜ਼ ਨੇ ਉਹਨਾਂ ਦੀ ਗੱਲ ਹੋਵੇ ਉਹਨਾਂ ਦੇ ਰਿਲੇਟਡ ਗੱਲ ਹੋਵੇ ਪਲੱਸ ਮੈਂ ਚਾਹੁੰਦਾ ਸੀਗਾ ਕਿ ਨਾਲ ਦੀ ਨਾਲ ਜਿਹੜੀ ਨਵੀਂ ਜਨਰੇਸ਼ਨ ਆਪਣੀ ਮੁੰਡੇ ਕੁੜੀਆਂ ਜਾਂ ਉਹਨਾਂ ਦੀ ਗੱਲ ਕਰੀਏ ਸੋ ਇੱਦਾਂ ਕਰਕੇ ਇੱਕ ਥੋਟ ਸੀਗਾ ਮੇਰੇ ਕਾਫੀ ਟਾਈਮ 'ਚ ਅਤੇ ਜਿੱਦਾਂ ਆਪਣੇ ਹੁੰਦੇ ਆ ਫੈਮਿਲੀ ਥੋੜ੍ਹਾ ਜਿਹਾ ਨਰਵਸ ਆ ਜੀ ਐਕਸਕਿਊਜ਼ ਮੀ ਜੇ ਥੋੜ੍ਹਾ ਜਿਹਾ ਲੱਗਿਆ ਇੰਡੀਆ ਦਾ ਆਈ ਥਿੰਕ 4 ਵਜੇ ਰਿਲੀਜ਼ ਹੋਈ ਹੁੰਦੀ ਸੋ ਫਿਰ ਨਾ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਆਇਆ ਕਿ ਕਿੱਦਾਂ ਬਰੋ ਨੰਬਰ ਭੇਜੋ ਸਾਡੀ ਪਹਿਲਾਂ ਇੱਕ ਦੋ ਵਾਰ ਗੱਲ ਹੋਈ ਸੀ ਇੱਕ ਵਾਰ ਮਿਲੇ ਹੋਏ ਸੀ ਅਸੀਂ 2018 'ਚ ਮਿਲੇ ਸੀ ਨਾ ਇੱਕ ਵਾਰ ਹੀ ਮਿਲੇ ਸੀ ਅਤੇ ਵੀਰੇ ਦਾ ਮੈਨੂੰ ਮੈਸੇਜ ਆਇਆ ਕਿ ਨੰਬਰ ਭੇਜੋ ਮੈਂ ਭੇਜਿਆ ਮੈਂ ਪਤਾ ਨਹੀਂ ਕੀ ਹੋਇਆ ਸਵੇਰੇ 4 ਵਜੇ 5 ਵਜੇ ਮੈਨੂੰ ਅਤੇ ਸਾਡੀ ਜਦੋਂ ਗੱਲ ਹੋਈ ਤਾਂ ਵੀਰੇ ਨੇ ਕਿਹਾ ਫਿਲਮ ਕਰਨੀ ਇੱਦਾਂ ਕਰਕੇ ਵੀ ਸਾਨੂੰ ਸਾਡਾ ਹੀਰੋ ਨਹੀਂ ਮਿਲ ਰਿਹਾ ਵੀਰੇ ਦੇ ਸੇਮ ਵਰਡ ਸੀਗੇ ਅਤੇ ਤੇਰੇ ਅਸੀਂ ਗਾਣੇ ਦੇਖੇ ਰੈਂਡਮਲੀ ਵੀਰੇ ਨੇ ਯੂਟਿਊਬ 'ਤੇ ਕਿਤੇ ਗਾਣੇ ਸਰਚ ਕਰਦਾ ਸੀ ਵੀਰਾ ਅਤੇ ਮੇਰੇ ਗਾਣਾ ਅੱਗੇ ਆਇਆ ਅਤੇ ਵੀਰੇ ਨੇ ਗਾਣਾ ਦੇਖਿਆ ਕਿ ਉਹਦੇ 'ਚ ਸੋਚਿਆ ਕਿ ਵੀ ਇਹ ਕਰੈਕਟਰ ਸਾਡੀ ਫਿਲਮ ਨਾਲ ਸੂਟ ਕਰ ਸਕਦਾ ਸੋ ਵੀਰੇ ਨੇ ਮੈਨੂੰ ਕਾਲ ਕੀਤੀ ਅਤੇ ਫਿਲਮ ਦਾ ਵਨ ਲਾਈਨ ਨੂੰ ਸੁਣਾਇਆ ਸੋ ਵੀਰੇ ਨੇ ਆਲਰੇਡੀ ਅਸੀਂ ਫੈਨ ਰਹੇ ਹਾਂ ਵੀਰੇ ਅਤੇ ਇੰਨਾ ਕਮਾਲ ਦਾ ਕੰਮ ਆਲਰੇਡੀ ਵੀਰਾ ਕਰ ਰਹੇ ਨੇ ਅਤੇ ਕੀਤਾ ਹੈ ਨਾ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਸੁੱਖ ਵੀਰਾ ਮੈਨੂੰ ਆਪਣੀ ਫਿਲਮ ਦੇ ਵਿੱਚ ਕਾਸਟ ਕਰੂਗਾ ਸੋ ਬਹੁਤ ਚੰਗਾ ਲੱਗਿਆ ਉਹਨਾਂ ਨੂੰ ਵੀਰੇ ਨੇ ਸਟੋਰੀ ਸੁਣਾਈ ਅਤੇ ਵੀਰੇ ਨੇ ਕਿਹਾ ਕਿ ਦੱਸ ਤੂੰ ਕਰੇਗਾ ਕਿ ਨਹੀਂ ਕਰੇਗਾ ਸੋ ਮੈਂ ਸਵੇਰੇ ਉੱਠ ਕੇ ਉੱਠ ਕੇ ਕੀ ਮੈਂ ਸੁੱਤਾ ਹੀ ਨਹੀਂ ਹੋਊ ਸਵੇਰੇ ਸਵੇਰੇ 7-6 ਵਜੇ ਮੈਂ ਫਾਦਰ ਸਾਹਿਬ ਨੂੰ ਫੋਨ ਲੈ ਕੇ ਇੱਦਾਂ ਦਾ ਗੱਲ ਹੋਈ ਹੈ ਅਤੇ ਵੀ ਅੱਗੋਂ ਡੈਡੀ ਨੇ ਕਿਹਾ ਕਹਿੰਦੇ ਅੱਛਾ ਸੁੱਖ ਅੱਛਾ ਉਹ ਵਧੀਆ ਹੀ ਕਰੂਗਾ ਜੋ ਕਰੂਗਾ ਤੂੰ ਡਨ ਕਰ ਦੇ ਤੂੰ ਸੋ ਪਹਿਲੀ ਵਾਰ ਹੀ ਡੈਡੀ ਨੇ ਮਤਲਬ ਵਨ ਲਾਈਨਰ ਵੀ ਸੁਣਿਆ ਕਹਿੰਦੇ ਕੋਈ ਚੱਕਰ ਨਹੀਂ ਫਿਰ ਦੇਖ ਲਾਂਗੇ ਆਪਾਂ ਤੂੰ ਸੁੱਖ ਨੇ ਵਧੀਆ ਸੋਚਿਆ ਹੋਣਾ ਤੇ ਤੂੰ ਕੋਈ ਚੱਕਰ ਨਹੀਂ ਕਰ ਦੇ ਅਤੇ ਦੈਨ ਅਸੀਂ ਫਿਰ ਕਰਦੇ ਰਹੇ ਫਿਰ ਮੈਂ ਤੂੰ ਵੀਰੇ ਨੇ 1-2 ਵੀਡੀਓ ਮੰਗਾਈਆਂ ਕਹਿੰਦੇ ਤੂੰ ਹੁਣ ਠੀਕ ਤਾਂ ਹੈਗਾ ਵੀ ਆਪਾਂ ਫਿਲਮ ਕਰ ਰਹੇ ਹਾਂ ਤੂੰ ਵੀਡੀਓ ਬਣਾ ਕੇ ਭੇਜ ਆਪਣੀ ਫਿਰ ਮੈਂ 2-4 ਦਿਨ ਤਾਂ ਲਾਰੇ 'ਤੇ ਲਾਈ ਗਿਆ ਫਿਰ ਮੈਂ ਵੀਡੀਓ ਬਣਾ ਕੇ ਫਾਈਨਲੀ ਭੇਜੀ ਅਤੇ ਵੀਰ ਉਹਨੂੰ ਚੰਗੀ ਲੱਗੀ ਕਹਿੰਦੇ ਠੀਕ ਹੈ ਓਕੇ ਡਨ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪੂਰੀ ਟੀਮ ਨਾਲ ਮੈਂ ਤਾਂ ਪਹਿਲੀ ਵਾਰ ਸੀ ਮੈਂ ਵੀਰੇ ਮੇਰੇ ਤੋਂ ਕਰਵਾ ਲਿਓ ਮੈਨੂੰ ਕਰਨਾ ਪਵਾ ਨਹੀਂ ਮੈਂ ਤਾਂ ਗਾਣੇ ਗਾ ਲੈਂਦਾ ਗਾਣੇ ਥੋੜ੍ਹਾ ਬਹੁਤ ਐਕਟ ਕਰ ਲੈਂਦਾ ਬਟ ਉਹਦੇ ਵਿੱਚ ਡਾਇਲੋਗਸ ਨਹੀਂ ਹੁੰਦੇ ਮਹਾਂ ਤੁਸੀਂ ਪਲੀਜ਼ ਮੈਨੂੰ ਥੋੜ੍ਹਾ ਜਿਹਾ ਸਾਥ ਦਿਓ ਅਤੇ ਬਟ ਪੂਰੀ ਟੀਮ ਨੇ ਇੰਨਾ ਕੁ ਵਰਕ ਕੀਤਾ ਹੋਇਆ ਸੀ ਕਿ ਮੁੰਡਾ ਸਾਊਥ ਵੱਲ ਦਾ ਮੈਂ ਤਾਂ ਕਦੇ ਗਿਆ ਨਹੀਂ ਉੱਥੇ ਵੀ ਉਹ ਮੁੰਡਾ ਕਿਵੇਂ ਤੁਰੂਗਾ ਕਿਵੇਂ ਗੱਲਾਂ ਕਰਦਾ ਕਿਵੇਂ ਬਾਲ ਹੋਣੇ ਚਾਹੀਦੇ ਆ ਨਾ ਅਤੇ ਪੂਰਾ ਇੰਨੀ ਮਿਹਨਤ ਕੀਤੀ ਟੀਮ ਨੇ ਸੋ ਬਹੁਤ ਚੰਗਾ ਲੱਗਿਆ ਕੰਮ ਕਰਕੇ ਸੋ ਸਾਡੀ ਇੱਕ ਸਾਲ ਤੋਂ ਸਵਾ ਸਾਲ ਦੀ 1.5 ਸਾਲ ਹੋ ਗਿਆ ਸਾਲ ਸਵਾ ਸਾਲ ਹੋ ਗਿਆ ਅਤੇ ਇੰਨੀ ਮਿਹਨਤ ਆ ਅਤੇ ਫਾਈਨਲੀ ਤੁਸੀਂ ਟ੍ਰੇਲਰ ਦੇਖਿਆ ਉਮੀਦ ਕਰਦਾ ਤੁਹਾਨੂੰ ਚੰਗਾ ਲੱਗਿਆ ਹੋਗਾ ਅਤੇ ਉਮੀਦ ਹੈ ਤੁਸੀਂ ਸਾਨੂੰ ਪਿਆਰ ਦਿਓਗੇ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਨੇ ਸਾਨੂੰ ਦੱਸੋਗੇ ਅਸੀਂ ਅਗਲੀ ਵਾਰ ਹੋਰ ਸੁਧਾਰਾਂਗੇ ਸੋ ਥੈਂਕ ਯੂ ਤੁਹਾਨੂੰ ਜੀ ਤੁਹਾਨੂੰ ਫਿਲਮ ਬਾਰੇ ਸਤਿ ਸ਼੍ਰੀ ਅਕਾਲ ਜੀ ਫਸਟ ਆਫ ਆਲ ਸਾਰਿਆਂ ਨੂੰ ਅਤੇ ਥੈਂਕ ਯੂ ਸੋ ਮੱਚ ਤੁਸੀਂ ਅੱਜ ਸਾਡੇ ਟ੍ਰੇਲਰ ਲਾਂਚ ਇਵੈਂਟ 'ਤੇ ਪਹੁੰਚੇ ਸੋ ਵੀ ਰੀਲੀ ਅਪਰੀਸ਼ੀਏਟ ਦੈਟ ਫਿਲਮ ਸੁੱਖ ਨੇ ਪਹਿਲਾਂ ਜਦੋਂ ਕਹਾਣੀ ਸੁਣਾਈ ਸੀਗੀ ਮੈਂ ਰਾਈਟ ਅਵੇ ਕਨੈਕਟ ਹੋ ਗਈ ਸੀਗੀ ਅਤੇ ਇਹ ਕਹਾਣੀ ਇੱਕ ਇੱਦਾਂ ਦੀ ਹੈ ਜਿਹਦੇ ਨਾਲ ਆਈ ਥਿੰਕ ਯੰਗ ਜਨਰੇਸ਼ਨ ਆ ਜਿਹੜੀ ਅਤੇ ਜਿਹੜੇ ਆਪਣੇ ਪੇਰੈਂਟਸ ਆ ਬਜ਼ੁਰਗ ਆ ਸਾਰੇ ਜਣੇ ਕਨੈਕਟ ਕਰ ਸਕਦੇ ਹਾਂ ਅਤੇ ਕਹਾਣੀ ਬਹੁਤ ਸੋਹਣੀ ਆ ਅਤੇ ਉਹ ਤੋਂ ਸੋਹਣਾ ਰਾਵੀ ਦਾ ਕੈਰੈਕਟਰ ਲਿਖਿਆ ਸੁੱਖ ਨੇ ਜੋ ਮੈਂ ਬਹੁਤ ਗ੍ਰੇਟਫੁਲ ਹਾਂ ਮੈਨੂੰ ਮੌਕਾ ਮਿਲਿਆ ਉਹ ਕੈਰੈਕਟਰ ਪਲੇ ਕਰਨ ਦਾ ਅਤੇ ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਬਹੁਤ ਮਿਹਨਤ ਲੱਗੀ ਸਾਰਿਆਂ ਦੀ ਸੁੱਖ ਨਾਲ ਮੈਂ ਕਾਫੀ ਟਾਈਮ ਹੋ ਗਿਆ ਸਾਨੂੰ ਇਕੱਠੇ ਕੰਮ ਕਰਦਿਆਂ ਨੂੰ ਮੈਂ ਇਹਨਾਂ ਨਾਲ ਹੀ ਸ਼ੁਰੂ ਕੀਤਾ ਸੀਗਾ ਪੰਜਾਬੀ ਇੰਡਸਟਰੀ ਦੇ ਵਿੱਚ ਸੋ ਸੁੱਖ ਦੇ ਕੰਮ ਨੂੰ ਮੈਂ ਬਹੁਤ ਜ਼ਿਆਦਾ ਟਰੱਸਟ ਕਰਦੀ ਹਾਂ ਅਤੇ ਮੈਂ ਪ੍ਰੋਜੈਕਟ ਨੂੰ ਲੈ ਕੇ ਬਹੁਤ ਐਕਸਾਈਟਡ ਹਾਂ ਅਤੇ ਹੈਪੀ ਹਾਂ ਬਸ ਇਹੀ ਆ ਵੀ ਅਗਸਟ 4 ਨੂੰ ਅਸੀਂ ਛੇਤੀ ਛੇਤੀ
ਫਿਲਮ ਲੈ ਕੇ ਆਈਏ ਤੇ ਸਾਰਿਆਂ ਦੇ ਰਿਐਕਸ਼ਨਸ ਦੇਖੀਏ ਸੋ ਯਾ ਬਚਨ ਸਰ ਤੁਸੀਂ ਫਿਲਮ ਬਾਰੇ ਕੀ ਕਹਿਣਾ ਚਾਹੋਗੇ सब तो पहला जदों अरमान ने मैनू दस्या कि सुख भाई जी मूवी करना चाहते हैं क्योंकि मैं सुख भाई जी का बड़ा फैन सी हैगा भी है उसका कारण सी कि इन्होंने बहुत इंडस्ट्री के चंगा काम किया वड्डे गाने बनाए और मैं चाहता सी कदे मेरा गाना भी ये बनाओ तो कुदरत वाहगुरु ने कृपा की कि साड़ी फिल्म बन गई सो पूरी यूथ नवी टीम है टीम इस सारे कारीगर ने विच सो मैं उम्मीद है कि यह फिल्म नौजवानों की पहली पसंद होगी तो सारे का बहुत बहुत धन्यवाद जी सैम मल्ली जी हाँ जी सत श्री अकाल जी सारे सारे का बहुत बहुत धन्यवाद इतने आने के लिए मैं लगता फिल्म के बारे तो सुख भाजी ने अरमान भी ने सारे ने तुम्हें दस दिता सो मैं फिल्म बारे ये कहना चाहूँगा भी ये फिल्म एवं भी जिमें सुख भाजी मैं जो सुख भाजी तो मैं किमें मिले सुख भाजी मैं एज अ फैन फेसबुक के उत्ते मैसेज किया भी भाजी मैं थोड़े ना फोटो खिंचवाना चाहना तो भाजी कहें भी लंडन आए हुए थे भाजी कहें भी 2017 की गल है जी ये तो भाजी कहें मैं लंडन आ भी तू आ जा मैं भी तू इतने आके तू मेरा फोटो खिंचवा सकता भी कोई गल नहीं मैं भाजी को गया फोटो खिंचवाने के लिए तो अज मैं इतने बैठा हाँ मेरी तो जानी सब तो वही यही बहुत किस्मत वाली गल है भी एक एज अ फैन तुसी किसी बंदे नूं फोन मैसेज किया तो वह बंदे ने तुहानूं अपनी जिंदगी का सारा हक दे के तुहानूं आप दे बराबर लिया के बंदा बिठा लैंदा सो तो ये जिहड़ी फिल्म है इहदे विच ना अरमान वीरे की पहली फिल्म आ सुख भाजी ने पहली बारी लिखी है भाजी ने डायरैक्ट भी की है मेरी पहली फिल्म है इहदे विच साढ़े गोल्ड भाजी है जिहड़े कि जिन्हां ने पंजाबी इंडस्ट्री विच बहुत हिट गाने दित्ते पर पहली बारी BGM कर रहे ने उस फिल्म का साढ़े टैक्नीकल टीम के एडिटर VFX वाले बहुत प्रोडक्शन वाले बंदे जिन्होंने सारे ने पहली बार काम किया सो मैं लगता भी ये जी फिल्म है ना एक हर एक सुपन का एक जो पहला जवाक का एक जो पहला पैर नहीं पुटता तो वो एक अलग खुशी होंगी बाद जवाक जिन्ना मर्जी जिंदगी मल्ला मारी जाए दौड़ी जाए जिन्हिया वड्डिया अचीवमेंट जिन्नी मर्जी कर लो जो पहला बेबी स्टैप होंगे ना लाइफ का बहुत जरूरी है सो ये हर एक का बेबी स्टैप आ परमात्मा तक यही अरदास है भी सारिया के सुपन परमात्मा भाग लावे ते फिल्म नूं कामयाब करे जी गुरदीप मैम फिल्म बारे सारे मीडिया का धन्यवाद सुख वर किसी जान पछाण का मोहताज नहीं मैनूं ये जरूर पता सी कि ये बहुत ही वधिया उच्चे मुकाम ते पहले ही पहुंचा होया लंडन दे विचों मैनूं फोन आया उमंग दा ते नाल सुख नाल भी गल कराई कि भंगू मैडम असीं इत्थे इक फिल्म कर रहे हां तो उहदे विच तो थोड़ा जिहा काम करवाउणा है मैं कदे अपने काम नूं कदे थोड़ा नहीं किहा काम कदे छोटा नहीं हुंदा काम जिहड़ा तुसीं करवा लैंदे हो छोटे काम नूं तुसीं वड्डा कर दिंदे हो मैनूं लगदा है कि सुख ने छोटे काम नूं वड्डा करता मैं इहनां दी टीम नाल काम करके मैनूं बहुत चंगा लग्गिया अरमान बच्चा है इहदे फादर नूं कौन नहीं जाणदा पर इहने अपनी मेहनत कीती है जदों असीं मापिआं दे नां नूं वरतदे हां बहुती देर नहीं चल सकदे बच्चे ने बहुत मेहनत करी है तनू मैनूं बहुत वधिया लग्गिया कि कनेडा तों आ के किन्नी सोहणी पंजाबी बोलदी है सुख वधाई दा पात्र है क्योंकि कनेडा विच वधिया सैट है वधिया गीत कर रिहा सी ਤਾਂ ਮੈਨੂੰ ਤਾਂ ਇਹੀ ਪ੍ਰਾਊਡ ਹੈ ਇਹੀ ਮਾਣ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਜਿੱਥੇ ਅੱਜ ਪੰਜਾਬੀ ਸਿਨੇਮਾ ਇੰਨਾ ਉੱਚਾ ਹੈ ਇਹਦੇ ਵਿੱਚ ਇਹਦਾ ਸਿਨੇਮੇ ਦੇ ਵਿੱਚ ਵੀ ਯੋਗਦਾਨ ਹੈ ਜਿੱਥੇ ਇਹ ਗੀਤ ਕਰਦੇ ਸੀ ਅੱਜ ਸਿਨੇਮੇ ਨੂੰ ਬਹੁਤ ਵੱਡੀ ਦੇਣ ਹੋਣ ਜਾ ਰਹੀ ਹੈ ਫਿਲਮ ਦੀ ਕਹਾਣੀ ਬਹੁਤ ਅੱਛੀ ਹੈ ਮੈਨੂੰ ਵਧੀਆ ਲੱਗਿਆ ਕਿ ਸੈੱਟ ਦੇ ਉੱਤੇ ਇੰਨਾ ਕੂਲ ਹੋਣਾ ਹਰ ਡਾਇਰੈਕਟਰ ਦੇ ਵੱਸ ਦੀ ਗੱਲ ਨਹੀਂ ਹੁੰਦੀ ਬਹੁਤ ਕੂਲ ਹੋ ਕੇ ਸਾਰੀ ਟੀਮ ਨੇ ਕੰਮ ਕੀਤਾ ਹੈ ਬਹੁਤ ਹੀ ਬਰੀਕੀ ਨਾਲ ਕੰਮ ਕੀਤਾ ਹੈ ਮੇਰੇ ਜਿੰਨੇ ਵੀ ਸੀਨ ਹੈ ਮੈਨੂੰ ਬੜਾ ਚੰਗਾ ਲੱਗਿਆ ਕਿ ਪਹਿਲੀ ਫਿਲਮ ਹੈ ਸਮਝੌਤਾ ਨਹੀਂ ਕੀਤਾ ਕਿਸੇ ਸੀਨ ਨਾਲ ਸਮਝੌਤਾ ਨਹੀਂ ਕੀਤਾ ਟ੍ਰੇਲਰ ਤੁਸੀਂ ਦੇਖ ਲਿਆ ਗੀਤ ਬਹੁਤ ਵਧੀਆ ਨੇ ਅਤੇ ਹੁਣ ਮੀਡੀਆ ਦਾ ਇਹੀ ਹੈ ਕਿ ਮੀਡੀਆ ਨੇ ਹੀ ਫਿਲਮ ਨੂੰ ਕਿਤੇ ਨਾ ਕਿਤੇ ਲੈ ਜਾਣਾ ਹੁੰਦਾ ਤੁਹਾਨੂੰ ਚੰਗਾ ਲੱਗਿਆ ਹੋਊਗਾ ਜ਼ਰੂਰ ਤੁਸੀਂ ਸਾਡਾ ਸਾਰਿਆਂ ਦਾ ਸਾਥ ਪਹਿਲਾਂ ਵੀ ਦਿੰਦੇ ਹੋ ਅਤੇ ਹੁਣ ਵੀ ਦੇਣਾ ਪੰਜਾਬੀ ਮਾਂ ਬੋਲੀ ਦੀ ਸੇਵਾ ਤੁਸੀਂ ਕਰ ਰਹੇ ਹੋ ਤੁਹਾਡੇ ਸਿਰ 'ਤੇ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਸਪਨ ਕਿਸੇ ਜਾਣ ਪਛਾਣ ਦਾ ਮਹਿਤਾਜ ਨਹੀਂ ਬੜਾ ਮਾਣ ਹੈ ਕਿ ਉਸ ਜ਼ਿਲ੍ਹਾ 'ਚੋਂ ਉੱਠ ਕੇ ਚੰਡੀਗੜ੍ਹ ਦੇ ਵਿੱਚ ਜਦੋਂ ਅਰੇਂਜ ਕਰਦੇ ਨੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਹੁਣ ਸਾਰਾ ਕੁਛ ਇਹਨਾਂ ਨੇ ਬਣਾ ਕੇ ਆਪਣੇ ਸਾਰਿਆਂ ਦੇ ਹਵਾਲੇ ਕਰਤਾ ਹੁਣ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਇਹਨੂੰ ਆਪਾਂ ਉੱਚਾ ਲੈ ਕੇ ਜਾਈਏ ਮੁਬਾਰਕਬਾਦ ਸਾਰੀ ਟੀਮ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ थैंक यू मैनू लगता है बहुत ही प्यारा ट्रेलर है मूवी जरूर सबनों पसंद आएगी मीडिया मौजूद है
ਮੈਨੂੰ ਲੱਗਦਾ ਹੈ ਮੀਡੀਆ ਦੀ ਹੀ ਸਪੋਰਟ ਹੈ ਤੇ ਮੀਡੀਆ ਹੁਣ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਸਟਾਰ ਦਾ ਕੋਈ ਸਵਾਲ ਹਾਂਜੀ ਹਾਂਜੀ ਉਧਰ ਦੇ ਦੋ जे तुसी कोई एक गोल रखा हुआ कि मैं तुसी अपने आप नूं कित्थे देखना वा लाइफ विच सो उहदे लई प्रैप कदे भी बहुत ज्यादा नहीं हुंदा सो प्रैप ऑलवेज घट ही आप करते हैं पर फिर भी असी काफ़ी सारी टीम ने बहुत प्रैपरेशन की है सो जो चलो तुम जिमें सोंग तो देखते हो ना मैं सब तो पहला लव पंजाब की प्रोडक्शन की उ सो अमरिंदर गिल भाजी उन्होंने ने मैनू मौका दिता सी क्योंकि असं उत्थे लोकल हाँ जी सो उस तो बाद च एक दो होर प्रोडक्शन की जिमें सरवन मूवी सी तो अशके मैं एज ए मौका मिलया एसोसिएटेड डायरेक्टर का ही उ तो उस तो बाद भाजी ने मेरा काम देखा जी कहते भी आप लाइए जी जा रही फिल्म की सी एज ए डायरेक्टर सो मैं समझता कि मैनू फिल्मों के राह दिखाने वाले अमरिंदर गिल भाजी कारज भाजी उन्हों की सारी टीम रिदम बॉयज सो उन्होंने मैं बहुत सपोर्ट किया जी सो कि ना कि उस तो बाद लाइए जी जा रही तो बाद मेरे ख्याल उन्नी चाहिए सी उस तो बाद मैं फिल्मों बारे टू बी ऑनस्ट सोचा नहीं गाज हर एक दा बंदे दा कॉम्फर्ट जोन हुंदा जां तुसीं आपदी लाइफ च बिजी कर लैंदे हो ते कोविड टाइम आके मैं एक चीज़ सीखी आ कि बिजी रहना गुड आ पर आपदे आप नूं बैठ के सोचना बहुत जरूरी आ चाहे तुसीं दिन विच 20-25 मिनट जां कुछ भी क्योंकि उस समय दे विच तुसीं गां दा सोच सकदे हो सो जदों कोविड सी साडे कोल कम है नहीं सी ऑफकोर्स सारे आपां बाहर शूट नहीं कर सकदे सी उदों मैनूं लग्गिया कि यार मैं वेला आ सो मैं अगे की करना है दैन मैं फिर अपनिया फिल्मस थोड़िया थोड़िया लिखन लग गया कि ऑफकोर्स जो हम म्यूजिक वीडियो तो बाद आप फिल्मों बारे सोचते हैं सो इदा करके आप हाँ जी इदा करके शुरू हो गया जी अरमान अरमान बहुत वीर है जी सो फस्ट जो मैं करैक्टर लिखे थे अर्जुन अरमान अर्जुन का करैक्टर निभा रहा तेनु रावी का सो रावी तुसीं सोचोगे जे तुसीं ट्रेलर देखिया थोड़ा जिहा आपां थोड़ा न्यू जैन जिहा आपां ट्रेलर बनाई है फिल्म दा जी सो अरमान दे नाल बहुत वधिया लग्गिया सो मैनूं एक इदां दा करैक्टर चाहीदा सीगा जिहड़ा एक टीनएज टाइप भी लुक उहदी होवे प्लस थोड़ा जिहा एक सीरीयस क्योंकि हाफ हाफ टाइम तो बाद विच थोड़ा जिहा सीरीयस चले जांदा स्टोरी दा ਜਿਹੜਾ ਫੇਸ ਆਈ ਸੋ ਮੈਂ ਟੂ ਬੀ ਓਨੈਸਟ ਮੈਂ ਕਾਫੀ ਇੰਡਸਟਰੀ ਦੇ ਵਿੱਚ ਡਿੱਗ ਕੀਤਾ ਕਿ ਕਿਹੜਾ ਬੰਦਾ ਆਪਣੇ ਕਰੈਕਟਰ ਨੂੰ ਪਲੇ ਕਰ ਸਕਦਾ ਸਾਡੇ ਸਾਰੀ ਇੰਡਸਟਰੀ ਦੇ ਨਾਲ ਇੰਨਾ ਪਿਆਰ ਆ ਜੀ ਅਤੇ ਮੈਨੂੰ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਆ ਜਿੰਨੇ ਵੀ ਆਪਣੇ ਆਰਟਿਸਟ ਆ ਜਾਂ ਐਕਟਰਸ ਨੇ ਸਾਰਿਆਂ ਨੇ ਮੈਨੂੰ ਸਲਾਹਾਂ ਦਿੱਤੀਆਂ ਜਾਂ ਮੈਂ ਉਹਨਾਂ ਨਾਲ ਗੱਲਾਂ ਕੀਤੀਆਂ ਸੋ ਫਾਈਨਲੀ ਐਂਡ 'ਤੇ ਆ ਕੇ ਮੈਂ ਰਨਿੰਗ ਕਰਨ ਜਾਂਦਾ ਜੀ ਮੈਨੂੰ ਪਤਾ ਸੈਮ ਨਾਲ ਮੈਂ ਹਰ ਇੱਕ ਗੱਲ ਮੇਰੇ ਪਲ ਪਲ ਦੀ ਗੱਲ ਮੈਂ ਸ਼ੇਅਰ ਕਰਦਾ ਜੀ ਤੁਸੀਂ ਰਨਿੰਗ ਕਰਨ ਜਾਂਦੇ ਸੀ ਮੈਂ ਰਨਿੰਗ ਕਰਨ ਜਾਂਦਾ ਸੀਗਾ ਅਤੇ ਮੇਰੇ ਦਿਮਾਗ 'ਚ ਮੈਂ ਟਿਕਟੋਕ ਮੇਰੇ ਖਿਆਲ 'ਚ ਸਨੈਪਚੈਟ ਕੁਛ ਸੀਗਾ ਅਤੇ ਮੈਨੂੰ ਅਰਮਾਨ ਦਾ ਇੱਕ ਗਾਣਾ ਸੁਣਿਆ ਸੀਗਾ ਗੱਪ ਔਖੀ ਜਿਹੀ ਗਾਣਾ ਔਖੀ ਜਿਹੀ ਗੱਲ ਤੋਂ ਹੁੰਦੀ ਆ ਉਹਦੇ ਵਿੱਚ ਉਹਦੀ ਸਟਾਰਟਿੰਗ ਪੁਆਇੰਟ ਸੀਗੀ ਇੰਨੇ ਥੋੜ੍ਹੇ ਜਿਹੇ ਡਾਇਲੋਗਸ ਕੀਤੇ ਨਾ ਉੱਥੇ ਮੈਂ ਕਿਹਾ ਯਾਰ ਇਹ ਸਹੀ ਆ ਥੋੜ੍ਹਾ ਜਿਹਾ ਉਹਦਾ ਸਟਾਈਲ ਥੋੜ੍ਹਾ ਜਿਹਾ ਸੀਗਾ ਮੈਂ ਕਿਹਾ ਆਪਾਂ ਕਰ ਸਕਦੇ ਅਤੇ ਦੈਨ ਰਾਈਟ ਵੇ ਮੈਂ ਅਰਮਾਨ ਨੂੰ ਫੋਨ ਕੀਤਾ ਆਈ ਥਿੰਕ ਜਿਵੇਂ ਦੱਸਿਆ ਹੀ ਅਰਮਾਨ ਨੇ ਸੋ ਅਰਮਾਨ ਟਰਸਟ ਮੀ ਹਰ ਇੱਕ ਕਹਿੰਦਾ ਹੈ ਕਿ ਇਹ ਦਿਸ ਦੈਟ ਆਪਾਂ ਅਸੀਂ ਫਿਲਮ ਬਣਾ ਦਿੱਤੀ ਸੀ ਅਸੀਂ ਮਿਹਨਤ ਕੀਤੀ ਹੈ ਜੀ ਅਤੇ ਅਸੀਂ ਉਹ ਮਿਹਨਤ ਲੈ ਕੇ ਤੁਹਾਡੀ ਝੋਲੀ ਵਿੱਚ ਲੈ ਕੇ ਆਏ ਹਾਂ ਅਤੇ ਅਸੀਂ ਮਿਹਨਤ 'ਤੇ ਇੰਨਾ ਕੁ ਵਿਸ਼ਵਾਸ ਕਰਦੇ ਹਾਂ ਕਿ ਇਹ ਅਰਮਾਨ ਦੇ ਲਈ ਇੱਕ ਟਰਨਿੰਗ ਪੁਆਇੰਟ ਹੋਊਗਾ ਇਨ ਮੂਵੀਜ਼ ਅਤੇ ਤਨੂੰ ਦਾ ਤਾਂ ਔਲਵੇਜ਼ ਸਾਨੂੰ ਬਹੁਤ ਪ੍ਰਾਊਡ ਹੈ ਸਾਡੇ ਉੱਥੇ ਸ਼ੀ ਇਜ਼ ਲਾਈਕ ਇਨ ਟੂ ਦਾ ਕਰੈਕਟਰ ਜਦੋਂ ਵੀ ਇਹਨੇ ਕੋਈ ਵੀ ਚੀਜ਼ ਸੋਚਣੀ ਆ ਤੈਨੂੰ ਉਹਨੂੰ ਕੁਛ ਵੀ ਕਹੋ ਤੈਨੂੰ ਆਪਾਂ ਇੱਦਾਂ ਕਰਨਾ ਇਹਨੇ ਪਹਿਲਾਂ 3-4 ਸੈਕਿੰਡ ਸੋਚਣਾ ਅਸੀਂ ਸਾਨੂੰ ਲੱਗਦਾ ਪਤਾ ਨਹੀਂ ਕੀ ਹੈ ਨਾ ਫਿਰ ਇਹ ਜਾ ਕੇ ਇਹਨੇ ਪ੍ਰੋਸੈਸ ਕਰਕੇ ਉਹਨੂੰ ਆਨਸਰ ਕਰਨਾ ਜੀ ਸੋ ਸ਼ੀ ਇਜ਼ ਵੈਰੀ ਸੋ ਦੋਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਟੂ ਬੀ ਓਨੈਸਟ ਅਤੇ ਅਸੀਂ ਉੱਥੇ ਸ਼ੂਟ ਹੋਣ ਤੋਂ ਪਹਿਲਾਂ ਇਹਨਾਂ ਦਾ ਕਰੈਕਟਰ ਅਸਟੈਬਲਿਸ਼ ਕੀਤੇ ਸੋ ਇੱਦਾਂ
सो रावी दे नाम दे पिछे भी एक कहानी है जी, क्योंकि रावी का नाम का कहानी का उसका मतलब यह है कि सो वह एक इंग्लैंड की बोर्न कुड़ी आ बट वह नाम रावी आ, उसका मतलब कि वो जिहड़े पेरेंट्स आ वह पंजाब नाल जुड़े हुए आ, क्योंकि हरेक जम जो आप बच्चे जमते आप बाहर रहने या कि भी आप कि ना कि पंजाब नाल लिंकड अप रहना चाहते हैं क्योंकि सारे पंजाब। सो रावी एक पंजा दरियावां चो अपना दरिया का नाम। सो वह इन्हों का ना इन्हे फादर जिहड़े प्ले करते सरबजीत चीमा भाजी उन्हों का करैक्टर दर्शाते हैं कि वह बंदा पंजाब नूं प्यार करता, तो उन्हों की जिहड़ी बेटी आ वह थोड़ी जी आउट गोइंग आ इन साउथ हाल, तो उन्होंने किदा उन्होंने पंजाब एक उन्होंने परिवार आ जोड़ा पिछे उन्होंने जेडे कि भंगू मैडम होनी है उन्होंने फैमिली उन्होंने किदा भी वह समझते कि असं इकट्ठे हो जाइए हरेक। ये बड़ी प्रॉब्लम सी, प्रॉब्लम नहीं कह सकते, जो आप पहलियाँ च बहर गए लोग उदो एक भरा चलिया गया छोटा बड़ा भरा चलिया गया बहर, तो कमां कार च लग गए, फिर जो कामयाब होए उदो बैठ के सोचा यार मेरा जो भरा भी होंगे इतने नाल तां वधिया होना सी। सो हुण उन्हें उन्होंने भरा नूं आपदे नूं बाहर लैके जाना जी। सो जिदा आप मैं एक गल होर डिस्कलोज कर सकते हैं मेरे ख्याल च ना मैडम कि अपने 2011-10 के बच्चे अपने बट्टे सट्टे हुए सी। सो एक कहानी भी इदा दी आ कि उस बट्टे सट्टे आप अपने बेटे या बेटी कहते यार आप तेरे ताए नूं बराबर करना, आप एक छोटा भरा सोचता तेरे ताए नूं बराबर करना। सो बराबर क्या करना होंदा जी, तू उन्हां दे एक रिश्ता दा फलाना तू उन्हां दे मुंडे नूं ब्याह करा के इधर कर ला, वो अपने तेरे कजन नूं बाहर कढ देणगे, इदां दी कहानी है। हाँ जी, सो जदों 2010-11 की ज्यादा उदों उस लैवल की कहानी है उत्थे। सो किदां उह बाहर लैके जांदे फिर इन्ना उस चीज़ के बच्च जिहड़े दो प्यार करन वाले यंगस्टर सी उन्होंने की सैक्रीफाइस किया, तो बट पेरेंट्स के दिल में यह कि साडा परिवार इकट्ठा हो जाए, वो कितने ना कि जरिए आप जवाकों बढ़ाया सीगा कि मान लो किसी कोई मुंडा कुड़ी प्यार करता कितने उन्होंने कहा भी तू ए ब्याह करा तेरा चा ताया बा जा चाचा बार कर सकते आप। सो उस चीज़ के बच्च उन्होंने तो आप परिवार इकट्ठा कर लिया पर एक प्यार करने वाले की उन्होंने लाइफ में मूड आए कि प्रॉब्लम्स आई हैं वो किसी ने नहीं देखी जी। सो इदा दी कहानी। हाँ जी, जो इंडस्ट्री शुरू किया दो साल पहला मैं दो फिल्मा कीतिया सी उहदे विच मैं देसी करैक्टर कीता सीगा, तो मैं चाहती सी भी हुण कुछ नवा ऑफर हो कोई डिफरेंट जहा अलग जहा करैक्टर हो गया है ना, तो फिर आह फिल्म ऑफर हुई मैं सब जो उन्होंने मैं कहानी सुनाई स्पैशली रावी का करैक्टर समझाया सुनाया ना उस लाइक मैं राइट ऑफ द बैट लगे भी आई वॉन्ट टू प्ले रावी है ना, मैं करैक्टर प्ले करना चाहती हाँ। इट्स इंपोर्टेंट टू बी वर्सटाइल इन योर करियर, सो वो चीज़ वधिया है, चलो वर्सटैलिटी मिलती है ना, ते या आई एम सो ग्रेटफुल टू बी अ पार्ट ऑफ दिस। ते सुख नाल मैं शुरू कीता सीगा व्हेन आई वाज अबाउट 17, इन्हां नूं मैं मैसेज कीता सीगा पहला तां मैं एक्चुअली 15 साल दी नूं मैसेज कीता सीगा वी आई वांट टू बी यू नो अ मॉडल एंड स्टफ, देन ही डिडंट रिप्लाई, ही इज लाइक शी इज अ किड राइट। ते मैं थोड़ी जी जो आई वाज अबाउट 17-18 देन आई गिव इट अनदर शॉट, देन आई मैसेज सुख अगेन, आई वाज लाइक आई वांट टू बी इन म्यूजिक वीडियोस, ते फिर उतों मैं पहली म्यूजिक वीडियो की जो असी रिवर्स चांचन सुख ने डायरेक्ट की सी, उस तो बाद असी इकट्ठे बहुत काम किया, तो जिहड़ा भी काम मैं किया सुख नाल उह काम तो बहुत अप्रीशिएशन मिली, बहुत प्यार मिलिया ऑडियंस तो, ते म्यूजिक वीडियोज नोटिस हो के उस तो बाद फिल्मों दी ऑफर्स आने लग गई, तो फिल्म गिप्पी जी नाल मैं कीतियां दो तीन फिल्म कीतियां, उस तो बाद सुख इन्हां दी फिल्म ऑफर हुई तो ऑबियसली मैं इन्होंने ना नहीं कर सकती, आई ट्रस्ट इज वर्क शुरू भी मैं इन्होंने किया, मैं चाहती थी कि
मैं भी पार्ट बना है ना आई नो हाउ स्पेशल दिस फिल्म इज फॉर हिम नो आई डोंट Sorry? You're tomboyish, otherwise? No, no, not at all. A character is sassy. So different than who I am in real life. So you're a sassy girl? No, I'm not sassy, I wouldn't say. Yeah, but yeah, it definitely made a real character to a alaga character, but that's acting, right? That's good. Thank you, Vinay. Thank you. You look like an English man. Thank you, Vinay. Thank you so much. Thank you. अरमान थोड़ा जा ठर जाता है मैं इन साइड से लिया के कहना खिच कम थोड़ा जहा है ना भी इदा नहीं गा कि मैं इन्होंने हूँ भी कहा मैं जो प्रमोशन भी करनी है तुम इदा ही देखना भी तुम इंग्लैंड तो मुंडा साउथ कहाल तो मुंडा कुड़ी आए हैं पंजाब घूम तो असं पंजाब साडा जोड़ा आप कई बार आप मिस कर जाने आप कुड़ी इधरली बोरना भी इनू पंजाब कि लगता भी आप प्रमोशन इदा ही सदा भी पंजाब विजिट विजिट करना आए हो सो इनू प्यार करना की जिदा जिदा पंजाब घूमी जाओगे थोनू एक नवी नवी दुनिया नवा नवा स्वर्ग थोड़ा दिखी जाना जोड़ा अज भी हैगा थोड़ी अखा चाहिए देखने है नहीं सो अरमान ने बहुत मेहनत की पर नर्वस जो फस्ट सीन होया सैम मैं सैम जिदन असं फस्ट सीन बहुत नर्वस एक ना अरमान की दाढ़ी का प्रॉब्लम सी क्योंकि तीन टाइप दाड़ियां लुक सो मैं असी साड़ी सारी टीम ही पहली सी साड़ी इन हाउस प्रोडक्शन सारा असी जिदन पहला दिन शॉट किया मॉर्निंग असी सैम सैम भी मैं लगता एज ए डी ओ पी है ना डायलॉग भी बहुत हाँ जरूरी या ते एंड सब तो ज्यादा इंपॉर्टेंट सीन सीगा फिल्म दा ते असी पहले दिन ही ला लिया इहो जी और पहले दिन मैं सुनया कि थोड़ा जिहा आर्टिस्ट नूं कंफर्टेबल करदे हुंदे ने भी डायलॉग नहीं दिंदे ते भी थोड़े जिहे शॉर्ट शूट इदां लैंदे ते मैनूं पहले दिन डायलॉग ओह भी खतरनाक डायलॉग हां थोड़ा कि ते ओह जदों असी लाया सेटअप जदों अरमान ने फर्स्ट टू बी ऑनेस्ट इहनूं भी नर्वस सीगा ऑफ कोर्स टीमा भाजी नाल सीगा डायलॉग ते जदों इहने फर्स्ट असी टेक लिया मैं सच्ची कहना मैं वट उ गली जी सी मैं उस गली में गया मैं रब न शुक्र किया मैं आप ले लिया काम ही इज द गाय नर्वस हों जो ये स्क्रीन पर आ जाता सी ही डिड रियली गुड एंड सब तो थैंक यू असं तनु का करते हैं मैं तनु ने कहा मैं तेरा एक्सपीरियंस है मेक श्योर मेक हिम कंफर्टेबल तो तनु ने इनू नाल कंफर्टेबल प्रोपर किया सारा सो सारे ने रल मिल के बहुत वधिया काम किया जी अरमान बहुत स्क्रीन ते नर्वस नहीं सीगा पहला नर्वस हो जांदा ही थोड़ा जिहा ते मेरा मन कहिंदा यार अरे रे आ प्यार नहीं आ रहा मन जा प्यार कर चक के रख चक के रख पहला हुंदा ही पर जदों टेक हुंदा ही फिर उदों आप कर लई जांदा अरमान बहुत बहुत मुबारकां बहुत सोहना ट्रेलर आ थैंक यू रे हां जी सो तुहाडी पहली फिल्म आ है डेब्यू कर रहे हो तुसी सो जदों आ डेब्यू कर पहली फिल्म हुंदी है तुसी सवेरे उठ के बहुत सारी स्क्रिप्ट लंबी चौड़ी बनाई होगी अपने दिमाग दे विच मैं जाके ए बोलूंगा ए बोलूंगा फादर साहब बारे ए गल्ला करूंगा सुख वीरे बारे मैं जानना चाहुंदा कि किस तरह दा मतलब माहौल है थोड़े अंदर मैं बिल्कुल वीरे न्यूट्रल लांगा मैं नहीं हैगा सच्ची वाइब सौ लगे मैनूं कि मैं बैक स्टेज भी इत्थे पिछे खड़े सी असीं कि सोच रहा हूंगा कि बोलूंगा कुछ नहीं मैं जो मेरे दिल च आऊगा जो मैं क्वेश्चन पूछोगे मैं दिलों जवाब दूंगा जो जो बना के बोलना होगा फिर तक ही फायदा है ना जो असल गल्लां नेगियां जो मैनूं आउणगियां तुसीं मैनूं पूछोगे नेचुरल आउणगे तो मैं फर्स्ट प्रोडक्शन कंपनी जिहड़े एक महीने दे विच असीं 14 तों 15 शूट दा साडा रैकर्ड आ सैम राइट जो सिद्धू वीरे दे असीं सॉन्ग कर रहे सी दुबई असीं 14 15 वीडियो एवरीडे साडी टू बी ऑनेस्ट ਅਸੀਂ ਸਾਡੀ 12 ਮਹੀਨੇ ਹੁੰਦੇ ਆ ਅਸੀਂ ਮੈਨੂੰ ਲੱਗਦਾ 7-8 ਫਿਲਮਾਂ ਜਿੰਨੀ ਫੁਟੇਜ ਅਸੀਂ ਸਾਡੇ ਕੋਲ ਹੁੰਦੀ ਹੈ ਗਾਣਿਆਂ ਦੀ ਸੋ ਉਹੀ ਅਗੇਨ ਵੀਰੇ ਜਦੋਂ ਕੋਵਿਡ ਟਾਈਮ ਹੋਇਆ ਉਦੋਂ ਹੀ ਦਿਮਾਗ 'ਚ ਆਇਆ ਕਿ ਕਰਨਾ ਆ ਅਤੇ ਮੈਨੂੰ ਇੱਕ ਉਹ ਦਿਖਿਆ ਕਹਿੰਦੇ ਹੁੰਦੇ ਆ ਲਾਈਟ ਦਿਖੀ ਅਤੇ ਮੈਂ ਉਹ ਲਾਈਟ ਤੱਕ ਪਹੁੰਚਣਾ ਸੀਗਾ ਅਤੇ ਉਹਦੇ ਲਈ ਫਿਰ ਅਸੀਂ ਸੌਂਗ ਦਾ ਹੁਣ ਜਿੰਨੇ ਸਾਡੇ ਆਰਟਿਸਟ ਆ ਸਾਰੇ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਵੀ ਆਪਾਂ ਯਾਰ ਇੱਕ ਮਹੀਨੇ ਦੇ ਵਿੱਚ ਹੀ ਕਰਨਾ ਅਸੀਂ ਸਕੇਜੂਲ ਟਾਈਟ ਕਰਕੇ
ਹੁਣ ਵੀ ਸਾਡੇ ਅਸੀਂ ਜਦੋਂ ਸਾਨੂੰ ਪ੍ਰੋਮੋਸ਼ਨ ਕਰਨਾ ਹੈ ਜੀ ਅਸੀਂ 14-15 ਸ਼ੂਟ ਅਸੀਂ ਕੈਨੇਡਾ ਕਰਕੇ ਆਏ ਹਾਂ ਅਤੇ ਸਾਡੀ 10+1 UK ਦੀ ਉਹ ਸੈਮ ਹੋਣੀ ਅਤੇ ਮਨਦੀਪ ਸਾਡਾ ਭਰਾ 14-15 ਹੀ ਇਹਨਾਂ ਨੇ ਕੀਤੇ ਆ ਜੀ ਸੋ ਸਾਡੇ 28-30 ਗਾਣੇ ਆਉਣ ਵਾਲੇ ਆ ਉਹ ਮੁੱਕਦੇ ਨਹੀਂ 6 ਮਹੀਨੇ ਜੀ ਸੋਰੀ ਮੈਨੂੰ ਕਰੈਕਟ ਕਰਿਓ ਥੋੜ੍ਹਾ ਜਿਹਾ ਮੈਂ ਲਾਈਏ ਜੀ ਜਾ ਰਹੀ ਹਾਂ ਜਾਂ ਤੁਹਾਡੀ ਫਿਲਮ ਦਾ ਟ੍ਰੇਲਰ ਵੇਖ ਕੇ ਮੈਨੂੰ ਇੱਦਾਂ ਲੱਗਦਾ ਆ ਕਿ ਜਿਹੜੇ ਸਾਡੇ ਪੰਜਾਬੀ ਬਾਹਰ ਰਹਿੰਦੇ ਨੇ ਕਿਉਂਕਿ ਤੁਸੀਂ ਵੀ ਬਹੁਤ ਟਾਈਮ ਬਾਹਰ ਬਹੁਤ ਗੁਜ਼ਾਰਿਆ ਤੁਸੀਂ ਹਾਂਜੀ ਹਾਂਜੀ ਸੋ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਉਹ ਪੰਜਾਬੀ ਨੇ ਉਹਨਾਂ ਦੇ ਇਮੋਸ਼ਨ ਨੂੰ ਤੁਸੀਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹੋ ਹਾਂਜੀ ਤੇ ਇਸ ਗੱਲ ਨੂੰ ਕੰਪਲੀਟ ਕਰਿਓ ਕਿ ਬਾਕੀ ਉਹਨਾਂ ਦੇ ਇਮੋਸ਼ਨ ਜਿਹੜੇ ਤੁਸੀਂ ਫਿਲਮ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਭਾਜੀ ਦੇਖੋ ਹੁਣ ਜਿੱਦਾਂ ਮੈਂ ਦੱਸਿਆ ਹੀ ਆ ਕਿ ਜਦੋਂ ਸਾਡੀ ਸਾਡੇ ਇੱਕ ਬਹੁਤ ਨੇੜੇ ਦੀ ਫੈਮਿਲੀ ਸੀਗੀ ਜਿਵੇਂ ਮੇਰੇ ਡੈਡੀ ਸੀਗੇ ਹਨਾ ਅਸੀਂ ਬਾਹਰ ਗਏ ਮੈਂ ਫੈਮਿਲੀ ਦੇ ਨਾਲ ਬਾਹਰ ਗਿਆ ਮੇਰੇ ਡੈਡੀ ਆਲਵੇਜ਼ ਕਹਿੰਦੇ ਸੀਗੇ ਯਾਰ ਆਪਾਂ ਤੇਰੇ ਚਾਚੇ ਨੂੰ ਬਰਾਬਰ ਕਰਨਾ ਉਹਨਾਂ ਨੂੰ ਬਰਾਬਰ ਕਰਨਾ ਆ ਤੇ ਮੇਰੇ ਕਜ਼ਨ ਆ ਰਵੀ ਤੇ ਤਰਨ ਹਨਾ ਅਸੀਂ ਸੋ ਹਰੇਕ ਨੂੰ ਹੀ ਹੁੰਦਾ ਕਿ ਅਸੀਂ ਇੱਕ ਪਰਿਵਾਰ ਸਾਡੀ ਜੁਆਇੰਟ ਫੈਮਿਲੀ ਆ ਸ਼ੁਰੂ ਤੋਂ ਸਾਡੇ ਅਸੀਂ ਪਰਿਵਾਰ ਇਕੱਠੇ ਹੋਈਏ ਇੱਕ ਜਗ੍ਹਾ ਇਕੱਠੇ ਹੋਈਏ ਸੋ ਉਦੋਂ ਹੱਥ ਪੱਲੇ ਜਿਹੜੇ ਮਾਰੇ ਜਾਂਦੇ ਸੀ ਹੱਥ ਕੰਡੇ ਜੀ ਉਹ ਇਹੀ ਹੁੰਦਾ ਸੀਗਾ ਸੌਖਾ ਤਰੀਕਾ ਹੁੰਦਾ ਸੀਗਾ ਕਿ ਤੁਸੀਂ ਜੀ ਸਾਡੀ ਕੁੜੀ ਨੂੰ ਕੱਢ ਦਿਓ ਅਸੀਂ ਤੁਹਾਡੇ ਮੁੰਡੇ ਨੂੰ ਕੱਢ ਦਿੰਦੇ ਹਾਂ ਹਨਾ ਸੋ ਬਰਾਬਰ ਕੀਤਾ ਹੋਵੇ ਜੀ ਅਸੀਂ ਕੀਤਾ ਹੋਵੇ ਸਾਰੇ ਕਰਦੇ ਆ ਹੋ ਸਕਦਾ ਮੈਂ ਆਪਦਾ ਪਿਆਰ ਕਿਤੇ ਨਾ ਕਿਤੇ ਸੈਕਰੀਫਾਈਸ ਕੀਤਾ ਹੋਵੇ ਤੇ ਜੇ ਮੈਨੂੰ ਇਹ ਦਿਮਾਗ ਵਿੱਚ ਆਈ ਰਿਐਲਿਟੀ ਦੀ ਗੱਲ ਆ ਗਈ ਹੋ ਸਕਦਾ ਮੇਰੀ ਰੀਅਲ ਸਟੋਰੀ ਹੋਵੇ ਜੀ ਹਨਾ ਜੀ ਸੋ ਐਨੀਵੇਜ਼ ਕਈ ਵਾਰ ਇਦਾਂ ਹੁੰਦਾ ਆਪਾਂ ਬਹੁਤ ਚੀਜ਼ਾਂ ਨਹੀਂ ਡਿਸਕਲੋਜ਼ ਕਰ ਸਕਦੇ ਪਰ ਇਹ ਮੈਂ ਯਕੀਨ ਕਰਕੇ ਕਹਿੰਦਾ ਜਿੰਨੇ ਵੀ ਇੱਥੇ ਆਪਣੇ ਸਾਰੇ ਭੈਣ ਭਰਾ ਆਏ ਆ ਜਿਵੇਂ ਬਜ਼ੁਰਗ ਆਏ ਆ ਸਾਰਿਆਂ ਨੂੰ ਪਤਾ ਹੁੰਦਾ ਵੱਟਾ ਸੱਟਾ ਕਿਸੇ ਨਾ ਕਿਸੇ ਦੇ ਘਰੇ ਹੋਇਆ ਜਾਂ ਕਿਸੇ ਦੇ ਕਿਸੇ ਰਿਸ਼ਤੇਦਾਰੀ 'ਚ ਹੋਇਆ ਨਹੀਂ ਹੋਇਆ ਤਾਂ ਕਿਸੇ ਨਾ ਕਿਸੇ ਦੋਸਤ ਨੂੰ ਜਾਣਦਾ ਜਿਹਨੇ ਵੱਟਾ ਸੱਟਾ ਕਰਕੇ ਬਾਹਰ ਗਏ ਆ ਤੇ ਸੁਖ ਭਾਈ ਨੇ ਸੈਮ ਭਾਈ ਮੇਰਾ ਦੋਨਾਂ ਨੂੰ ਕੁਐਸਚਨ ਹੈ ਵੀ ਸੌਂਗਸ ਤੋਂ ਹੁਣ ਤੁਸੀਂ ਮੂਵੀਜ਼ ਵੱਲ ਆਏ ਹੋ ਹਾਂਜੀ ਤੇ ਕਿੰਨਾ ਕੁ ਮਜ਼ਾ ਆ ਰਿਹਾ ਫਿਲਮ ਕਰਕੇ ਤੇ ਹੁਣ ਜਿਵੇਂ ਪ੍ਰੋਮੋਸ਼ਨਸ ਵਗੈਰਾ ਕਰ ਰਹੇ ਤੇ ਅੱਗੇ ਕੀ ਕੀ ਤੁਹਾਡਾ ਦੇਖਣ ਨੂੰ ਮਿਲ ਸਕਦਾ ਹੈ ਮੈਨੂੰ ਲੱਗਦਾ ਸੈਮ ਆਨਸਰ ਮੇਰੇ ਨਾਲੋਂ ਬਹੁਤ ਬੈਟਰ ਦੇ ਸਕਦਾ ਹੈ ਸੈਮ ਦੇ ਸੋ ਭਾਜੀ ਆਬਵੀਅਸਲੀ ਮੈਨੂੰ ਲੱਗਦਾ ਕੋਈ ਵੀ ਜਿਹੜਾ ਫਿਲਮ ਮੇਕਰ ਆ ਉਹ ਉਹਨੂੰ ਲੱਗਦਾ ਵੀ ਜਿਹੜੀ ਉਹਦੀ ਕੰਪਲੀਸ਼ਨ ਆ ਜਾਂ ਜਿਹੜੀ ਉਹਦੀ ਸਪਿਰਿਟ ਆ ਉਦੋਂ ਹੀ ਖੁਸ਼ ਹੁੰਦੀ ਆ ਜਦੋਂ ਆਪਣੇ ਆਪ ਨੂੰ ਉਹ ਇੱਕ ਵੱਡੇ ਪਰਦੇ ਤੇ ਦੇਖਦਾ ਸੋ ਮਿਊਜ਼ਿਕ ਵੀਡੀਓਜ਼ ਵਧੀਆ ਗੇਨ ਉਹੀ ਸਾਡਾ ਪਹਿਲੀ ਪਲਾਂਗ ਸੀ ਉਸ ਤੋਂ ਬਾਅਦ ਪਲਾਂਗ ਸਾਡੀ ਵੱਡੀ ਹੋਈ ਅਸੀਂ ਥੋੜ੍ਹਾ ਗਰੋ ਕਰ ਗਏ ਤੋ ਓਬਵੀਅਸਲੀ ਬਹੁਤ ਗੁੱਡ ਬਹੁਤ ਹੀ ਜ਼ਿਆਦਾ ਵਧੀਆ ਫੀਲਿੰਗ ਆ ਜਦੋਂ ਹੁਣ ਅਸੀਂ ਉੱਥੇ ਟ੍ਰੇਲਰ ਦੇਖ ਵੀ ਰਹੇ ਸੀ ਪਹਿਲੀ ਵਾਰੀ ਸਾਡੀ ਪਹਿਲੀ ਮੂਵਮੈਂਟ ਸੀ ਵੀ ਅਸੀਂ ਤਾਂ ਬਹੁਤ ਵਾਰੀ ਦੇਖ ਲਿਆ ਮੈਨੂੰ ਲੱਗਦਾ ਅਸੀਂ ਤਾਂ 200 ਵਾਰੀ ਦੇਖ ਲਿਆ ਹੋਣਾ ਸਾਡਾ ਤਾਂ ਜਿੱਦਾਂ ਮਾਇੰਡ ਜਾਣੀ ਕਿ ਸੋਨੀ ਹੋਇਆ ਤਾਂ ਸਾਨੂੰ ਪਤਾ ਨਹੀਂ ਲੱਗਦਾ ਚੰਗਾ ਕਿ ਮਾੜਾ ਹੁਣ ਸਾਨੂੰ ਤਾਂ ਯਾਦ ਨਹੀਂ ਹੋ ਗਿਆ ਲੋਣੀ ਦੇ ਪਹਾੜੇ ਵਾਂਗੂ ਬਟ ਪਹਿਲੀ ਸਾਡੀ ਮੂਵਮੈਂਟ ਸੀ ਜਦੋਂ ਅਸੀਂ ਇੰਨੀ ਪਬਲਿਕ ਦੇ ਵਿੱਚ ਦੇਖਿਆ ਤੇ ਸੱਚੀ ਅਸੀਂ ਬਹੁਤ ਇਮੋਸ਼ਨਲ ਸੀਗੇ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਕਿੰਨੀ ਮਿਹਨਤ ਕੀਤੀ ਤੇ ਸੱਚੀ ਵੀ ਮਤਲਬ ਇੱਕ ਉਹ ਮੂਵਮੈਂਟ ਹੀ ਬਹੁਤ ਜ਼ਿਆਦਾ ਯੂਨੀਕ ਸੀਗੀ ਸਾਡੇ ਲਈ ਹੁਣ ਤੇ ਗਾਹ ਸਾਡੇ ਫਿਊਚਰ ਪਲਾਨ ਵੀ ਇਹੀ ਹੈ ਵੀ ਅਸੀਂ ਇੱਦਾਂ ਦਾ ਵਧੀਆ ਵਧੀਆ ਕੰਮ ਕਰਦੇ ਰਹੀਏ ਤੇ ਇੱਦਾਂ ਦੀਆਂ ਹੋਰ ਵਧੀਆ ਫਿਲਮਾਂ ਤੁਹਾਡੇ ਲਈ ਬਣਾਉਂਦੇ ਰਹੀਏ ਜੀ ਬਾਕੀ ਸੌਰੀ ਆਪਣੇ ਸਫ਼ਰ ਵੀਰੇ ਬਾਕੀ ਕੁਐਸਚਨ ਵੀਰੇ ਸੀ ਮਿਊਜ਼ਿਕ ਵੀਡੀਓ ਦਾ ਇਹ ਕੀ ਸਾਨੂੰ ਜੇ ਅਸੀਂ ਮਿਊਜ਼ਿਕ ਵੀਡੀਓ ਹਰ ਇੱਕ ਨਵੀਂ ਦੁਨੀਆ ਜੁਣੀ ਹੁੰਦੀ ਆ ਹਰ ਇੱਕ ਨਵਾਂ ਕਰੈਕਟਰ ਲੱਭਣਾ ਹੁੰਦਾ ਸਾਨੂੰ ਮੈਨੂੰ ਲੱਗਦਾ ਫਿਲਮ ਸਾਨੂੰ ਸੌਖੀ ਲੱਗੀ ਅਸੀਂ ਇੱਕ ਹੀ ਕਹਾਣੀ ਤੇ ਕੰਮ ਕਰ ਰਹੇ ਸੀਗੇ ਤੇ ਮਹੀਨੇ ਵਿੱਚ ਜੇ 5-7 ਵੀਡੀਓ ਜਾਂ 10 ਕਰ ਰਹੇ ਅਸੀਂ 10 ਨਵੀਆਂ ਸਟੋਰੀਆਂ 10 ਨਵੇਂ ਮੁੰਡੇ ਕੁੜੀਆਂ ਹਨਾ ਜੀ ਸਮਝਦੇ ਵੀ ਸੋ ਅਸੀਂ 10 ਦੀ ਬਜਾਏ ਅਸੀਂ ਇੱਕ ਸਟੋਰੀ ਤੇ ਕੰਮ ਕੀਤਾ ਮੈਨੂੰ ਤਾਂ ਸੌਖਾ ਲੱਗਿਆ ਟੂ ਬੀ ਓਨੈਸਟ ਮੂਵੀਜ਼ ਮੇਰੀਆਂ ਹੁਣ ਵਾਹਿਗੁਰੂ ਮਿਹਰ ਕਰੇ ਜੀ ਦੇਖਦੇ ਹਾਂ ਤੁਸੀਂ ਸਾਨੂੰ ਆਡੀਅੰਸ ਬਾਕੀ ਸਾਡੇ ਸਰੋਤੇ ਸਾਨੂੰ ਮੂਵੀ ਬਣਾਉਣ ਜੋਗਾ ਕਰ ਦੇਣ ਫਿਰ ਆਪਾਂ ਦੇਖਿਓ ਪਲਾਨ ਆਪਣੇ ਬਹੁਤ ਵੱਡੇ ਆ 100% ਪੰਜਾਬ ਤਾਂ ਜੀ ਦੇਖੋ ਪੰਜਾਬ ਆਪਾਂ ਜਿਹੜਾ ਜੜਾ ਜੜਾਂ ਹੁੰਦੀਆਂ ਜੀ ਉਹ ਉਹ ਬੰਦਾ ਉਹਨਾਂ ਤੋਂ ਕਦੇ ਨਹੀਂ ਪੁੱਛ ਸਕਦੇ ਸੌਰੀ ਵੀਰੇ ਕਰਨਾ ਚਾਹੁੰਦਾ ਸਾਡੇ ਮਿਊਜ਼ਿਕ ਪ੍ਰੇਮ ਢਿੱਲੋਂ ਰਾਜ ਰਣਜੋਧ ਵੀਰਾ ਕਪਤਾਨ ਮਿਊਜ਼ਿਕ ਸਾਡਾ ਗੋਲਡ ਬੋਏ ਨੇ ਦੇਵ ਕਾਰਤਿਕ ਤੇ ਆਪਣੇ
ओपी म्यूजिक ने किया सारी जिनी भी साड़ी प्रोडक्शन है क्योंकि असी आप खुद म्यूजिक दे नाल जुड़े रहे असी म्यूजिक दे इन्ना काम किया कि तुसी डेफिनेटली म्यूजिक जो फिल्म में देखोगे तुहानू लगेगा नहीं क्या कि म्यूजिक है ये एक डायलॉगां की तरह काम कर रहे हैं जी सो हाँ जी ओके थैंक यू सो मच जी सारे बहुत बहुत बाइट्स करांगे सारी है ना कॉमेडी खड़े